ਹਾਂ ਜੀ, ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਫਿਰ ਇੱਕ ਅਪਡੇਟ ਤੁਹਾਡੇ ਲਈ ਲੈ ਕੇ ਆਏ ਹਾਂ ਕਿ ਤੁਹਾਡਾ ਨਾਮ ਵੀ ਰਾਸ਼ਨ ਕਾਰਡ ਤੋਂ ਹਟਾ ਦਿੱਤਾ ਗਿਆ ਹੈ। ਵਾਪਸ ਨਾਮ ਜੋੜਨ ਲਈ ਕੀ ਕਰਨਾ ਹੋਵੇਗਾ, ਇਸ ਬਾਰੇ ਅੱਜ ਗੱਲ ਕਰਾਂਗੇ। ਸੋ ਅਪਡੇਟ ਵੱਲ ਵਧੀਏ, ਇਸ ਤੋਂ ਪਹਿਲਾਂ ਵੀਡੀਓ ਦੇ ਵਿੱਚ ਅੱਗੇ ਵਧੀਏ। ਜਿਹੜੇ ਦੋਸਤ ਸਾਡੇ ਯੂਟਿਊਬ ਚੈਨਲ ਤੇ ਨਵੇਂ ਜੁੜੇ ਨੇ, ਚੈਨਲ ਦੇ ਸਾਹਮਣੇ ਲੱਗੇ ਸਬਸਕ੍ਰਾਈਬ ਬਟਨ ਨੂੰ ਦਬਾ ਲੈਣ ਤੇ ਬੈਲ ਆਈਕਨ ਤੇ ਜਰੂਰ ਸੈੱਟ ਕਰ ਲੈਣ ਤਾਂ ਜੋ ਹਰ ਇੱਕ ਵੀਡੀਓ ਦੀ ਅਪਡੇਟ ਉਹਨਾਂ ਤੱਕ ਸਾਡੀ ਸਭ ਤੋਂ ਪਹਿਲਾਂ ਪਹੁੰਚ ਸਕੇ। ਸੋ ਦੋਸਤੋ, ਕੇਂਦਰ ਤੇ ਰਾਜ ਸਰਕਾਰ ਵੱਲੋਂ ਕਈ ਲਾਭਕਾਰੀ ਸਕੀਮਾਂ ਚਲਾਈਆਂ ਜਾ ਰਹੀਆਂ ਨੇ, ਜਿਨ੍ਹਾਂ ਤੋਂ ਲੋਕ ਵੱਡੇ ਪੱਧਰ ਤੇ ਲਾਭ ਵੀ ਉਠਾ ਰਹੇ ਨੇ। ਜੇਕਰ ਤੁਸੀਂ ਗਰੀਬੀ ਦੀ ਸ਼੍ਰੇਣੀ ਦੇ ਵਿੱਚ ਆਉਂਦੇ ਹੋ ਤਾਂ ਤੁਹਾਨੂੰ ਸਰਕਾਰ ਵੱਲੋਂ ਮੁਫ਼ਤ ਰਾਸ਼ਨ ਮਿਲ ਰਿਹਾ ਹੋਵੇਗਾ। ਹਾਲਾਂਕਿ ਸਰਕਾਰ ਉਹਨਾਂ ਲੋਕਾਂ ਦੇ ਰਾਸ਼ਨ ਕਾਰਡ ਰੱਦ ਕਰੀ ਹੈ ਜਿਨ੍ਹਾਂ ਨੇ ਜਾਂ ਤਾਂ ਰਾਸ਼ਨ ਲੈਣਾ ਬੰਦ ਕਰ ਦਿੱਤਾ ਜਾਂ ਵੈਰੀਫਿਕੇਸ਼ਨ ਲਈ ਦਿੱਤੇ ਐਡਰੈਸ ਤੇ ਜਿਹੜੇ ਨੇ ਮੌਜੂਦ ਨਹੀਂ ਆ। ਅਜਿਹੇ 'ਚ ਜੇਕਰ ਤੁਹਾਡਾ ਨਾਂ ਗਲਤੀ ਨਾਲ ਰਾਸ਼ਨ ਕਾਰਡ ਤੋਂ ਹਟਾ ਦਿੱਤਾ ਗਿਆ ਤਾਂ ਅਸੀਂ ਤੁਹਾਡਾ ਰਾਸ਼ਨ ਕਾਰਡ ਨਾਮ ਕਿਵੇਂ ਜੋੜਨਾ ਹੈ ਸਭ ਤੋਂ ਆਸਾਨ ਤਰੀਕਾ ਦੱਸਣ ਜਾ ਰਹੇ ਹਾਂ। ਸੋ ਜੋ ਕਿੰਨਾ ਤੁਹਾਡੇ ਲਈ ਫਾਇਦੇਮੰਦ ਹੋਵੇਗਾ। ਜੇਕਰ ਤੁਹਾਨੂੰ ਰਾਸ਼ਨ ਕਾਰਡ ਪਹਿਲਾਂ ਮੁਫ਼ਤ ਕਣਕ ਚੌਲ ਤੇ ਖੰਡ ਦਾ ਲਾਭ ਮਿਲ ਰਿਹਾ ਸੀ ਤਾਂ ਫਿਰ ਕਿਸੇ ਕਾਰਨ ਤੁਹਾਡਾ ਨਾਮ ਰਾਸ਼ਨ ਕਾਰਡ ਤੋਂ ਕੱਟਿਆ ਗਿਆ, ਹੁਣ ਇਸ ਸਕੀਮ ਦਾ ਲਾਭ ਨਹੀਂ ਮਿਲ ਰਿਹਾ ਤਾਂ ਚਿੰਤਾ ਨਾ ਕਰੋ। ਤੁਸੀਂ ਸਿਰਫ ਕੁਝ ਕਦਮਾਂ ਦੀ ਪਾਲਣਾ ਕਰਕੇ ਨਾਮ ਜਿਹੜਾ ਵਾਪਸ ਆਪਣੇ ਅਪਡੇਟ ਕਰਾ ਸਕਦੇ ਹੋ। ਇਹ ਪ੍ਰਕਿਰਿਆ ਬਹੁਤ ਹੀ ਆਸਾਨ ਤੇ ਸੁਵਿਧਾਜਨਕ ਹੈ। ਫੂਡ ਸਪਲਾਈ ਵਿਭਾਗ ਵੱਲੋਂ ਸਮੇਂ ਸਮੇਂ ਦੀ ਰਾਸ਼ਨ ਕਾਰਡਾਂ ਦੀ ਸੂਚੀ ਨੂੰ ਅਪਡੇਟ ਕਰਨ ਦਾ ਕੰਮ ਕੀਤਾ ਜਾਂਦਾ ਹੈ। ਜਿਸ ਸਥਿਤੀ ਦੇ ਵਿੱਚ ਜੇਕਰ ਤੁਹਾਡਾ ਨਾਮ ਕੱਟਿਆ ਗਿਆ ਤਾਂ ਕਈ ਵਾਰ ਤੁਹਾਡਾ ਰਾਸ਼ਨ ਡੀਲਰ ਇਸ ਬਾਰੇ ਜਾਣਕਾਰੀ ਦਿੰਦਾ, ਪਰ ਜੇਕਰ ਤੁਸੀਂ ਇਸ ਬਾਰੇ ਨਹੀਂ ਜਾਣਦੇ ਤਾਂ ਤੁਸੀਂ ਇਸ ਸਕੀਮ ਦੀ ਅਧਿਕਾਰਤ ਵੈਬਸਾਈਟ nfsa.gov.in ਤੇ ਜਾ ਕੇ ਡਿਫਾਲਟ ASPX ਤੇ ਜਾ ਕੇ ਅਜਿਹਾ ਕਰ ਸਕਦੇ ਹੋ। ਇਸ ਤੋਂ ਬਾਅਦ ਤੁਹਾਨੂੰ ਪੋਰਟਲ ਤੇ ਜਾਣਾ ਹੋਵੇਗਾ, ਉੱਥੇ ਤੁਹਾਨੂੰ ਰਾਸ਼ਨ ਕਾਰਡ ਦਾ ਵਿਕਲਪ ਦਿਖਾਈ ਦੇਵੇਗਾ। ਇਸ ਨਾਲ ਤੁਸੀਂ ਕਲਿੱਕ ਕਰਕੇ ਆਪਣਾ ਕੰਮ ਆਸਾਨ ਕਰ ਸਕੋਗੇ। ਪੋਰਟਲ ਤੇ ਜਾਣ ਤੋਂ ਬਾਅਦ ਤੁਹਾਨੂੰ ਰਾਜ ਦੇ ਪੋਰਟਲ ਦੇ ਰਾਸ਼ਨ ਕਾਰਡ ਦੇ ਵੇਰਵਿਆਂ ਤੇ ਕਲਿੱਕ ਕਰਨਾ ਹੋਵੇਗਾ। ਇਸ ਤੋਂ ਬਾਅਦ ਆਪਣਾ ਰਾਜ, ਜ਼ਿਲ੍ਹਾ, ਬਲਾਕ ਜਾਂ ਆਪਣੀ ਪੰਚਾਇਤ ਚੁਣਨੀ ਹੋਵੇਗੀ। ਇਸ ਤੋਂ ਬਾਅਦ ਤੁਹਾਨੂੰ ਰਾਸ਼ਨ ਕਾਰਡ ਦੀ ਰਾਸ਼ਨ ਦੀ ਦੁਕਾਨ ਦਾ ਨਾਮ, ਦੁਕਾਨਦਾਰ ਦਾ ਨਾਮ ਜਾਂ ਫਿਰ ਰਾਸ਼ਨ ਕਾਰਡ ਦੀ ਕਿਸਮ ਚੁਣਨੀ ਹੋਵੇਗੀ। ਫਿਰ ਤੁਹਾਡੇ ਸਾਹਮਣੇ ਇੱਕ ਲਿਸਟ ਖੁੱਲ ਜਾਵੇਗੀ, ਤੁਹਾਨੂੰ ਆਪਣਾ ਨਾਮ ਦੇਖਣਾ ਹੋਵੇਗਾ। ਜੇਕਰ ਤੁਹਾਡਾ ਨਾਮ ਨਹੀਂ ਹੈ ਤਾਂ ਇਸ ਲਈ ਹੋ ਸਕਦਾ ਤੁਹਾਡਾ ਨਾਮ ਕੱਟਿਆ ਗਿਆ ਹੈ। ਅਜਿਹੀ ਸਥਿਤੀ ਜੇਕਰ ਤੁਸੀਂ ਜਲਦੀ ਆਪਣਾ ਨਾਮ ਸ਼ਾਮਿਲ ਕਰ ਸਕਦੇ ਹੋ। ਰਾਸ਼ਨ ਕਾਰਡ ਲਿਸਟ ਦੇ ਵਿੱਚ ਆਪਣਾ ਨਾਮ ਜੋੜਨ ਲਈ ਤੁਹਾਨੂੰ ਕਿਸੇ ਵੀ ਚਿੰਤਾ ਕਰਨ ਦੀ ਲੋੜ ਨਹੀਂ ਪਏਗੀ। ਇਸ ਦੇ ਲਈ ਤੁਹਾਨੂੰ ਨਜ਼ਦੀਕੀ ਫੂਡ ਸਪਲਾਈ ਵਿਭਾਗ ਦੇ ਵਿੱਚ ਜਾਣਾ ਹੋਵੇਗਾ, ਫਿਰ ਜਾ ਕੇ ਨਾਮ ਹੀ ਐਡੀਸ਼ਨ ਫਾਰਮ ਭਰਨਾ ਹੈ, ਸੰਬੰਧਿਤ ਦਸਤਾਵੇਜ਼ਾਂ ਦੀਆਂ ਫੋਟੋਆਂ ਕਾਪੀਆਂ ਨੱਥੀ ਕਰਨੀਆਂ ਹੈ, ਫਾਰਮ ਜਮ੍ਹਾਂ ਕਰਨਾ। ਇਸ ਤੋਂ ਬਾਅਦ ਤੁਹਾਡਾ ਨਾਮ ਰਾਸ਼ਨ ਕਾਰਡ ਦੇ ਵਿੱਚ ਜੋੜਿਆ ਜਾਵੇਗਾ। ਬਿਨੈਕਾਰੀ ਇੱਕ ਭਾਰਤੀ ਨਾਗਰਿਕ ਹੋਣਾ ਚਾਹੀਦਾ, ਪਰਿਵਾਰ ਦੇ ਮੁਖੀ ਦੀ ਉਮਰ 18 ਸਾਲ ਜਾਂ ਇਸ ਤੋਂ ਵੱਧ ਹੋਣੀ ਚਾਹੀਦੀ ਹੈ। ਰਾਸ਼ਨ ਕਾਰਡ ਦੀ ਅਰਜ਼ੀ ਸਿਰਫ ਮੁਖੀ ਦੇ ਨਾਮ ਤੇ ਦੇਣੀ ਹੁੰਦੀ ਹੈ, ਪਰਿਵਾਰ ਦੇ ਸਾਰੇ ਮੈਂਬਰਾਂ ਦੇ ਨਾਮ ਰਾਸ਼ਨ ਕਾਰਡ 'ਚ ਲਿਖੇ ਜਾਂਦੇ ਨੇ। ਬੀਪੀਐਲ ਕਾਰਡ ਲਈ ਆਮਦਨ ਸਰਟੀਫਿਕੇਟ ਜੇਕਰ ਆਮਦਨ 27,000 ਰੁਪਏ ਤੋਂ ਵੱਧ ਹੋਣੀ ਨਹੀਂ ਚਾਹੀਦੀ। ਅਤੁੱਦਿਆ ਕਾਰਡ ਲਈ ਵਿਧਵਾ ਸਰਟੀਫਿਕੇਟ, ਪੰਗਤਾ ਸਰਟੀਫਿਕੇਟ, ਸੀਨੀਅਰ ਸਿਟੀਜ਼ਨ ਸਰਟੀਫਿਕੇਟ ਲੱਗੇਗਾ। ਆਈਡੀ ਪਰੂਫ ਦੇ ਤੌਰ ਤੇ ਆਧਾਰ ਕਾਰਡ, ਵੋਟਰ ਕਾਰਡ ਜਾਂ ਡਰਾਈਵਿੰਗ ਲਾਇਸੈਂਸ ਜਾਂ ਪਾਸਪੋਰਟ ਲਗਾ ਸਕਦੇ ਹੋ। ਵਿਆਹ ਦਾ ਸਰਟੀਫਿਕੇਟ ਜੇਕਰ ਤੁਸੀਂ ਵਿਆਹੇ ਹੋ ਤਾਂ ਲਗਾ ਸਕਦੇ ਹੋ। ਮੋਬਾਈਲ ਨੰਬਰ ਤੇ ਐਲਪੀਜੀ ਗੈਸ ਕਨੈਕਸ਼ਨ ਦੀ ਜਾਣਕਾਰੀ ਤੁਹਾਨੂੰ ਦੇਣੀ ਹੋਵੇਗੀ। ਪਾਸਪੋਰਟ ਸਾਈਜ਼ ਫੋਟੋ ਤੁਹਾਨੂੰ ਆਪਣੀ ਇੱਕ ਲਗਾਉਣੀ ਹੋਵੇਗੀ। ਸੋ ਇਸੇ ਤਰ੍ਹਾਂ ਦੀਆਂ ਹੋਰ ਨਵੀਆਂ ਅਪਡੇਟਾਂ ਲੈਣ ਲਈ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ, ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਮਿਲਦੇ ਹਾਂ ਇੱਕ ਹੋਰ ਨਵੀਂ ਅਪਡੇਟ ਤੇ, ਲਾਓ ਦਿਓ ਇਜਾਜ਼ਤ, ਧੰਨਵਾਦ।